कनक दी पर्ची कटदे होए वीडियो बनाने उत्ते होया भारी हंगामा। औरत ने चप्पल दे नाल व्यक्ति दी कीती कुटमार। कुटमार दी घटना सीसीटीवी च होई कैद। तस्वीरां लुधियाना शहर दे शहीद भगत सिंह नगर इलाके दियां ने, जिथे डिपो होल्डर दे वल्लों राशन दियां पर्चियां कटियां जा रहियां सी के अचानक एक महिला दे वल्लों व्यक्ति दे वीडियो बनाने उत्ते इतराज जताया गया ते व्यक्ति दी बुरी तरह कुटमार करनी शुरू कर दी। मारकुट दी जिहड़ी सारी घटना स्थानक जगह उत्ते लगे सीसीटीवी कैमरिया दे विच कैद हो गई ते कुटमारी इन्नी ज्यादा भयानक तरीके नाल कीती गई कि व्यक्ति गंभीर रूप दे विच जख्मी हो गया। इस सारे मामले दी वधेरी जानकारी देंदे होए स्थानक वासियां दा की कुछ कहना तुहानू सुना दिंदे आ। ओ बाहर आए सीगे मुंडे नूं छड्डण, ओने वीडियो बनांदा सी, ओ कहिंदे वी मेरी वीडियो ना बनाई, इन्नी गल उहनां ने कही आ। ਉਹਨੇ ਗਲ ਤੋਂ ਫੜ ਲਿਆ ਕਰਕੇ ਗਲ ਕੁੱਟਣ ਲੱਗਿਆ ਸੀਗਾ। ਕਿਹਦਾ? ਸਾਡੀ ਮੰਮੀ ਦਾ। ਅੱਛਾ। ਫਿਰ ਉਹਨੇ ਇੱਥੇ ਮਾਰਿਆ, ਪਤਾ ਨਹੀਂ ਕੀ ਮਾਰਿਆ ਉਹਨੇ, ਉਹਨਾਂ ਦੇ ਇੱਥੇ ਸਾਰੇ ਸੱਟ ਵੱਜੀ ਹੋਈ ਆ। ਇੱਕ ਡਿਪੂ ਵਾਲੇ ਕੋਲ ਚਾਰਜ ਆ ਡਿਪੂ ਨੇ, ਠੀਕ ਆ, ਜਿਹੜੀ ਕਣਕ ਆ ਹੁਣ ਕੰਪਿਊਟਰ ਦੀ ਪਰਚੀ ਨਿਕਲਦੀ ਆ। ਜੇ ਸਹੀ ਬੰਦਾ ਆਵੇ ਕੰਪਿਊਟਰ ਦੀ ਪਰਚੀ ਦਵੇ ਪਬਲਿਕ ਨੂੰ, ਆਹ ਫੜੋ ਜੀ ਇਹ ਪਰਚੀ, ਇਹਦੇ ਸਾਹਮਣੇ ਤੁਹਾਨੂੰ ਕਣਕ ਮਿਲਣੀ ਆ। ਉਹ ਕੀ ਨਾਮ ਆ? ਸੁਨੀਲ ਕੁਮਾਰ ਆ ਜੀ। ਉਹ ਕੀ ਇੱਥੇ ਹੀ ਰਹਿੰਦਾ ਜੀ? ਇੱਥੇ ਉਹ ਕੀ ਕਰਦਾ ਜੀ? ਭਾਜੀ ਹੱਥ ਨਾਲ ਪਰਚੀ ਲਿਖ ਕੇ ਦੇ ਦਿੰਦਾ, ਠੀਕ ਆ, ਸਾਰੇ ਗਵਾਹ ਨੇ, ਕੰਪਿਊਟਰ ਵਾਲੀ ਪਰਚੀ ਨਹੀਂ ਦਿੰਦਾ। ਜੇ ਉਹ ਬੰਦਾ ਇਮਾਨਦਾਰ ਆ, ਸੱਚਾ, ਕੋਈ ਉਹਨੇ ਘਟਾਲਾ ਨਹੀਂ ਕੀਤਾ, ਠੀਕ ਆ, ਫਿਰ ਕਹਿਣ ਦਾ ਮਤਲਬ ਕੰਪਿਊਟਰ ਵਾਲੀ ਪਰਚੀ ਕਿਉਂ ਨਹੀਂ ਦੇ ਰਿਹਾ? ਇਹ ਸਾਲ ਪਹਿਲਾਂ ਵੀ ਮੇਰੇ ਕੋਲ ਆਏ ਸੀਗੇ। ਰਜਿੰਦਰ ਭਾਜੀ ਇੱਕ ਮੈਂ ਥੋੜ੍ਹੀ ਜਿਹੀ ਗੱਲ ਮੈਂ ਤੁਹਾਨੂੰ ਪੂਰੀ ਕਰ ਲੈਂ ਦਿਓ। ਸਾਲ ਪਹਿਲਾਂ ਕੀ ਹੋਇਆ ਸੀਗਾ, ਜਦੋਂ ਸਰਕਾਰੀ ਸੈਂਟਰ ਦੀ ਕਣਕ ਆਈ ਸੀ ਨਾ ਜੀ, ਉਦੋਂ 25 ਕਿਲੋ ਇੱਕ ਮੈਂਬਰ ਦੀ ਕਣਕ ਸੀਗੀ, ਠੀਕ ਹੈ, ਉਦੋਂ ਇਹ ਮੈਨੂੰ ਕੰਪਲੇਂਟਾਂ ਇੱਦਾਂ ਹੀ ਆ ਰਹੀਆਂ ਸੀਗੀਆਂ ਵੀ ਭਾਜੀ ਘਪਲਾ ਹੋ ਰਿਹਾ। ਇੱਥੇ ਨੇੜੇ ਦੇ ਬੰਦਿਆਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਭਾਜੀ 25 ਕਿਲੋ ਕਣਕ ਆ ਰਹੀ ਹੈ, 20 ਕਿਲੋ ਦੇ ਰਿਹਾ। ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਵੀ ਆਹ ਪ੍ਰੋਬਲਮ ਆ ਰਹੀ ਹੈ, ਵੀ ਤੁਸੀਂ ਇੱਦਾਂ ਕਿਉਂ ਕਰ ਰਹੇ, ਮੈਂ ਤੁਹਾਡੀ ਕੰਪਲੇਂਟ ਕਰੂੰਗਾ। ਉਦੋਂ ਭਾਈ ਸਾਹਿਬ ਸਾਰੇ ਇਕੱਠੇ ਹੋ ਕੇ ਮਾਫੀ ਮੰਗੀ ਇਹਨਾਂ ਨੇ ਵੀ ਅੱਗੇ ਤੋਂ ਇੱਦਾਂ ਨਹੀਂ ਕਰਦੇ ਅਸੀਂ। ਅਸੀਂ ਸਵੇਰ ਦੇ ਆ ਕੇ 6 ਵਜੇ ਦੇ ਬੱਚਿਆਂ ਨੂੰ ਛੱਡ ਕੇ, ਭੁੱਖਿਆਂ ਨੂੰ ਛੱਡ ਕੇ ਘਰੋਂ ਆਏ ਹੋਏ ਆ ਤੇ ਅਸੀਂ ਇਹ ਕਹਿੰਦੇ ਆ, ਜਦੋਂ ਅਸੀਂ ਲਾਈਨ ਦੇ ਵਿੱਚ ਖੜੇ ਹੋਏ ਆ ਤੇ ਬੰਦਾ ਵੀਡੀਓ ਬਣਾ ਰਿਹਾ, ਬੁੜੀ ਨੂੰ ਬੋਲਣ ਦੀ ਕੀ ਜ਼ਰੂਰਤ ਸੀਗੀ ਜੀ? ਕਿਉਂ ਮਾਰੀਆਂ ਉਹ ਜਦੋਂ ਉਹਦੇ ਵੀਡੀਓ ਅਸੀਂ ਵੀ ਬਣਾਉਂਦੇ, ਜੇ ਵੀਡੀਓ ਮਤਲਬ ਕਿ ਜੇ ਅਸੀਂ ਹੁੰਦੇ ਉਸ ਬੰਦੇ ਦੀ ਜਗ੍ਹਾ, ਅਸੀਂ ਵੀ ਹਰਾਸਮੈਂਟ ਹੋ ਰਹੇ ਹਾਂ, ਅਸੀਂ ਵੀ ਵੀਡੀਓ ਬਣਾਉਂਦੇ ਤੇ ਉਹ ਗਲਤ, ਉਹਨੇ ਕਿਉਂ ਮਾਰੀ, ਉਹਦੀ ਚੱਪਲ ਮਾਰੀ, ਚੱਪਲ ਤਾਂ ਕੋਈ ਵੀ ਨਹੀਂ ਖਾਊਗਾ ਜੀ। ਜ਼ਿਕਰ ਹੋ ਗਿਆ ਕਿ ਇਹ ਹਾਦਸੇ ਵਾਪਰਨ ਤੋਂ ਬਾਅਦ ਡਿਪੂ ਹੋਲਡਰ ਦੇ ਵੱਲੋਂ ਵੀ ਆਪਣਾ ਕੰਮ ਬੰਦ ਕਰ ਦਿੱਤਾ ਗਿਆ, ਜਿਸ ਦੇ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਨੇ ਇਤਰਾਜ਼ ਜਤਾਇਆ ਕਿ ਡਿਪੂ ਹੋਲਡਰ ਉਹਨਾਂ ਨੂੰ ਕਣਕ ਨਹੀਂ ਦੇ ਰਿਹਾ ਤੇ ਟਾਲ ਮਟੋਲ ਕਰ ਰਿਹਾ। ਲੁਧਿਆਣਾ ਤੋਂ ਜਤਿੰਦਰਪਾਲ ਛਾਬੜਾ ਦੇ ਨਾਲ ਟਿੰਕਾ ਜੱਟ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।